ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਬੜੀ ਨਿਮਰਤਾ ਸਹਿਤ ਫਤਿਹ ਅਰਜ ਕਰਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਭੁਪਿੰਦਰ ਸਿੰਘ ਜੀ ਸੱਜਣ ਹੋਣਾ ਨੇ ਬਹੁਤ ਹੀ ਪਿਆਰ ਦੇ ਨਾਲ ਗੁਰੂ ਮਹਾਰਾਜ ਦੇ ਵਿਚਾਰ ਦੀ ਜਿਹੜੀ ਗੱਲ ਆ ਉਹ ਆਪ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਕਿ ਪਿਛਲੇ ਦਿਨੀ ਜੋ ਸਾਡੇ ਛੋਟੇ ਛੋਟੇ ਢਾਈ ਢਾਈ ਤਿੰਨ ਤਿੰਨ ਸਾਲ ਦੇ ਜਿਹੜੇ ਬੱਚਿਆਂ ਦੇ ਕੋਲੋਂ ਇੱਕ ਅਣਜਾਣਪੁਣ ਦੇ ਵਿੱਚ ਇੱਕ ਗਲਤੀ ਹੋ ਗਈ ਸੀ, ਉਸ ਗਲਤੀ ਨੂੰ ਮੁੱਖ ਰੱਖਦਿਆਂ ਹੋਇਆਂ ਕਿਉਂਕਿ ਉਹ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬਣਦੀ ਆ ਕਿ ਵੀ ਬੱਚਿਆਂ ਨੂੰ ਅਸੀਂ ਜ਼ਰੂਰ ਗੁਰੂ ਘਰ ਲੈ ਕੇ ਆਉਣਾ ਆ, ਪਰ ਨਾਲ ਆਪਣੇ ਲੈ ਕੇ ਆਉਣਾ, ਆਪਣੀ ਦੇਖ ਰੇਖ ਦੇ ਵਿੱਚ ਲੈ ਕੇ ਆਉਣਾ, ਅਤੇ ਬੱਚਿਆਂ ਨੂੰ ਸਾਡਾ ਫਰਜ਼ ਬਣਦਾ ਆ ਕਿ ਅਸੀਂ ਬੱਚਿਆਂ ਨੂੰ ਗੁਰੂ ਘਰ ਦੇ ਵਿੱਚ ਕਿਵੇਂ ਵਿਚਰਨਾ ਆ, ਕਿੱਦਾਂ ਆ ਕੇ ਇੱਥੇ ਗੁਰੂ ਘਰ ਦੇ ਵਿੱਚ ਮਰਿਆਦਾ ਜਿਹੜੀ ਆ ਉਹਨੂੰ ਮਹਿਸੂਸ ਕਰਨਾ ਆ। ਉਹ ਜਿਹੜੀ ਗਲਤੀ ਹੋਈ ਸੀ ਉਹਦੇ ਪਸ਼ਚਾਤਾਪ ਵਜੋਂ ਸਹਿਜ ਪਾਠ ਆਰੰਭਤਾ ਹੋਈ ਸੀਗੀ ਅਤੇ ਅੱਜ ਭੋਗ ਪਏ ਆ। ਅੱਜ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਅੱਗੇ ਅਰਦਾਸ ਜੋਦੜੀ ਬੇਨਤੀ ਪ੍ਰਾਰਥਨਾ ਕਰਨੀ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ, ਜੋ ਸਾਡੇ ਬੱਚਿਆਂ ਤੋਂ ਅਣਜਾਣਪੁਣੇ ਦੇ ਵਿੱਚ ਜੋ ਉਸ ਦਿਨ ਭੁੱਲ ਹੋ ਗਈ ਸੀਗੀ ਉਹਦੀ ਖਿਮਾ ਜਾਚਨਾ ਕੀਤੀ ਜਾਵੇ, ਅੱਗੇ ਤੋਂ ਸਾਨੂੰ ਸਮਰੱਥ ਬਖਸ਼ੀ ਜਾਵੇ ਕਿ ਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਘਰ ਵਿੱਚ ਆਉਣ ਬੱਚਿਆਂ ਨੂੰ ਸਹਿਜਤਾ ਦੇ ਨਾਲ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਗੁਰੂ ਘਰ ਦੇ ਵਿੱਚ ਵਿਚਰਨ ਦੀ ਸਾਨੂੰ ਜਾਚ ਜਿਹੜੀ ਆ ਉਹ ਬੁੱਧ ਆਵੇ। ਆਪ ਜੀ ਦਾ ਗੁਰੂ ਮਹਾਰਾਜ ਦਾ ਕੋਟਨ ਕੋਟ ਸ਼ੁਕਰ ਵਾ, ਜੋ ਗੁਰੂ ਮਹਾਰਾਜ ਨੇ ਸਾਨੂੰ ਇਹ ਰੱਬੀ ਬਾਣੀ ਅਕਾਲੀ ਬਾਣੀ ਜਿਹੜੀ ਸਰਬੱਤ ਦੇ ਭਲੇ ਵਾਸਤੇ ਆ। ਗੁਰੂ ਸਾਹਿਬ ਕਹਿੰਦੇ ਆ ਸਭੇ ਸਾਂਝੀ ਵਾਲਸਦਾਇਨ ਕੋ ਇਹਨਾਂ ਦੇ ਸੇਵਾਰਾ ਜੀਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਬਾਣੀ ਸਰਬੱਤ ਦੇ ਭਲੇ ਦੇ ਵਾਸਤੇ ਗੁਰੂ ਮਹਾਰਾਜ ਨੇ ਸੰਗਤ ਨੂੰ ਲੁਕਾਈ ਨੂੰ ਦਿੱਤੀ ਆ। ਇਸ ਬਾਣੀ ਦੀ ਜਿਹੜੀ ਸ਼ੁਰੂਆਤ ਵਾ ਉਹ ਪਹਿਲਾਂ ਹੀ ਰਵਿਦਾਸ ਮਹਾਰਾਜ ਨੇ, ਕਬੀਰ ਸਾਹਿਬ ਨੇ, ਫਰੀਦ ਸਾਹਿਬ ਨੇ ਉਹ ਬਾਣੀ ਨੂੰ ਉਚਾਰਨ ਕੀਤਾ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ। ਜਦੋਂ ਗੁਰੂ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ ਤਾਂ ਉਸ ਵੇਲੇ ਇਹਨੂੰ ਪੋਥੀ ਕਿਹਾ ਜਾਂਦਾ, ਪੋਥੀ ਪਰਮੇਸ਼ਰ ਕਾ ਥਾਨ। ਗੁਰੂ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਪਹਿਲੇ ਰਵਿਦਾਸ ਮਹਾਰਾਜ ਦੀ ਬਾਣੀ, ਕਬੀਰ ਸਾਹਿਬ ਵਾਲੀ ਬਾਣੀ, ਬਾਬਾ ਫਰੀਦ ਸਾਹਿਬ ਵਾਲੀ ਬਾਣੀ ਉਹ ਸਾਰੀ ਇਕੱਤਰ ਕੀਤੀ। ਉਹ ਬਾਣੀ ਅੱਗੇ ਗੁਰੂ ਅੰਗਦ ਸਾਹਿਬ ਕੋਲ ਪਹੁੰਚੀ। ਇਸੇ ਤਰੀਕੇ ਨਾਲ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਲਈ ਇਹ ਬਾਣੀ ਇਕੱਤਰ ਹੋਈ। ਉਹਨਾਂ ਨੇ ਇਹਨਾਂ ਨੂੰ ਪਹਿਲੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਉਹ ਦਿੱਤਾ। ਉਸ ਵੇਲੇ ਬਾਬਾ ਬੁੱਲੇ ਸ਼ਾਹ ਵੀ ਇੱਕ ਬਹੁਤ ਪਹੁੰਚੇ ਹੋਏ ਫਕੀਰ ਸੀਗੇ, ਉਹ ਵੀ ਆਪਣੀ ਜਿਹੜੀ ਆ ਬਾਣੀ ਜਿਹੜੀ ਆ ਉਹ ਲੈ ਕੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਪਾਸ ਇੱਥੇ ਪਹੁੰਚੇ। ਪਰ ਉਹਨਾਂ ਨੇ ਗੁਰੂ ਸਾਹਿਬ ਨੂੰ ਜਦੋਂ ਗੁਰਬਾਣੀ ਨੂੰ ਉਹਨਾਂ ਨੇ ਸੁਣਿਆ ਤੇ ਉਹਨਾਂ ਦੀ ਇੱਛਾ ਹੀ ਨਹੀਂ ਹੋਈ, ਕਿਉਂਕਿ ਇਸ ਗੁਰਬਾਣੀ ਦਾ ਜਿਹੜਾ ਭਾਵ ਸੀ, ਲੈਵਲ ਸੀ, ਉਹ ਬਹੁਤ ਉੱਚਾ ਸੀ।
ਤੇ ਬਾਬਾ ਜੀ ਬਾਬਾ ਬੁੱਲੇ ਸ਼ਾਹ ਨੇ ਆਪਣੀ ਬਾਣੀ ਦੀ ਮਤਲਬ ਗੁਰੂ ਸਾਹਿਬ ਨੂੰ ਬੇਨਤੀ ਵੀ ਨਹੀਂ ਕੀਤੀ ਵੀ ਇਹ ਬਾਣੀ, ਕਈ ਵਾਰੀ ਇਹ ਕਹਿ ਦਿੰਦੇ ਆ ਪ੍ਰਚਾਰਕ ਵੀ ਉਹਨਾਂ ਨੇ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਨ ਵਾਸਤੇ ਕਿਹਾ। ਉਸ ਵੇਲੇ ਜੋ ਉੱਥੇ ਦੇ ਹਾਲਾਤ ਸੀਗੇ, ਬਾਬਾ ਬੁੱਲੇ ਸ਼ਾਹ ਨੇ ਬੜੇ ਖੂਬਸੂਰਤ ਸ਼ਬਦਾਂ ਦੇ ਵਿੱਚ ਲਿਖਿਆ, ਜਿਵੇਂ ਹੁਣ ਸਾਡੀਆਂ ਬੀਬੀਆਂ ਬਾਹਰ ਲੰਗਰ ਪਕਾ ਰਹੀਆਂ ਸੀਗੀਆਂ ਅਤੇ ਕੀਰਤਨ ਅੰਦਰ ਹੋ ਰਿਹਾ ਸੀਗਾ, ਇਸੇ ਤਰੀਕੇ ਨਾਲ ਉਸ ਵੇਲੇ ਉੱਥੇ ਦਰਬਾਰ ਸਾਹਿਬ ਦੀ ਉਸਾਰੀ ਵੀ ਨਾਲ ਹੋ ਰਹੀ ਸੀਗੀ। ਉਸ ਵੇਲੇ ਬਾਬਾ ਬੁੱਲੇ ਸ਼ਾਹ ਨੇ ਸਾਰੇ ਹਾਲਾਤਾਂ ਬਾਰੇ ਲਿਖਿਆ। ਬਾਬਾ ਬੁੱਲੇ ਸ਼ਾਹ ਕਹਿੰਦੇ ਇੱਟ ਖੜਕਾ ਦੁੱਪੜ ਵੱਜੇ। ਦੁੱਪੜ ਹੁੰਦਾ ਆ ਤਬਲਾ, ਆ ਤਬਲਾ ਨਾਲ ਜਿੱਦਾਂ ਢੋਲਕੀ ਵੱਜਦੀ ਤਾਂ ਤਬਲਾ ਜਿਹੜਾ ਹੁੰਦਾ ਉਹਨੂੰ ਦੁੱਪੜ ਕਹਿੰਦੇ ਆ। ਇੱਟ ਖੜਕਾ ਦੁੱਪੜ ਵੱਜੇ ਨਾਲੇ ਬਲਦਾ ਚੁੱਲ੍ਹਾ, ਜਿਨ੍ਹਾਂ ਗੱਲਾਂ ਰੱਬ ਰਾਜ਼ੀ ਰਹਿੰਦਾ ਨਾਲੇ ਰਹਿੰਦਾ ਬੋਲਾ। ਕਹਿਣ ਤੋਂ ਭਾਵ ਆ ਬਾਬਾ ਬੁੱਲੇ ਸ਼ਾਹ ਇਸ ਗੱਲ 'ਤੇ ਬਹੁਤ ਖੁਸ਼ ਸੀ, ਇੱਕ ਪਾਸੇ ਹਰਿਮੰਦਰ ਸਾਹਿਬ ਦੀ ਉਸਾਰੀ ਹੋ ਰਹੀ ਸੀਗੀ, ਦੂਸਰੇ ਪਾਸੇ ਲੰਗਰ ਪੱਕ ਰਿਹਾ ਸੀ, ਲੰਗਰ ਛਕਾਇਆ ਜਾ ਰਿਹਾ ਸੀ, ਤੀਸਰੇ ਪਾਸੇ ਗੁਰੂ ਮਹਾਰਾਜ ਦਾ ਜਿਹੜਾ ਕੀਰਤਨ ਵਾ ਉਹ ਹੋ ਰਿਹਾ ਸੀਗਾ, ਅਤੇ ਜਿਹੜੀ ਗੁਰੂ ਦੀ ਜਿਹੜੀ ਮਹਿਮਾ ਆ, ਭਾਈ ਗੁਰਦਾਸ ਜੀ ਨੇ ਬੜੇ ਖੂਬਸੂਰਤ ਸ਼ਬਦਾਂ ਦੇ ਵਿੱਚ ਉਹਦੀ ਵਿਆਖਿਆ ਕੀਤੀ ਆ। ਭਾਈ ਗੁਰਦਾਸ ਜੀ ਕਹਿੰਦੇ ਜੇ 100 ਚੰਦਾ ਉਗਵੇ, ਜੇ 100 ਚੰਦ ਵੀ ਚੜ੍ਹ ਜਾਵੇ, ਸੂਰਜ ਚੜ੍ਹੇ 1000, ਜੇ 1000 ਸੂਰਜ ਵੀ ਚੜ੍ਹ ਜਾਵੇ, ਜੇ 100 ਚੰਦਾ ਉਗਵੇ ਸੂਰਜ ਚੜ੍ਹੇ 1000, ਇੱਥੇ ਚਾਨਣ ਹੁੰਦਿਆਂ ਗੁਰਬਿਨ ਘਰ ਘੋਰ ਅੰਧਾਰ। ਮਤਲਬ ਗੁਰੂ ਦੇ ਬਗੈਰ ਹਨੇਰਾ ਆ। ਅਤੇ ਅੱਜ ਜਿਹੜਾ ਇੱਕ ਹੋਰ ਵੀ ਨਾਲ ਬੜਾ ਦਿਖਾਂਤ ਜਿਹੜਾ ਬੜਾ ਵੱਡਾ ਆ ਸਾਡੇ ਵਿੱਚ ਵਾਪਰ ਚੁੱਕਾ, ਹਰ ਇੱਥੇ ਹਰ ਕੋਈ ਜਿਹੜਾ ਉਹ ਆਪਣੇ ਆਪ ਨੂੰ ਦਾਅਵਾ ਕਰਨ ਲੱਗ ਪਿਆ ਗੁਰੂ ਦਾ, ਔਰ ਨਾਮ ਦਾਨ ਦੇਣ ਦਾ ਜਿਹੜਾ ਡਰਾਮਾ ਜਿਹੜਾ ਆ ਉਹ ਸਾਡੇ ਚਾਰ ਸਵੇਰੇ ਜਿਹੜਾ ਚੱਲ ਰਿਹਾ ਆ। ਨਾਮਦਾਨ ਕੇਵਲ ਅਤੇ ਕੇਵਲ ਗੁਰੂ ਦਾ ਆ, ਗੁਰੂ ਗ੍ਰੰਥ ਸਾਹਿਬ ਦਾ ਆ, ਹੋਰ ਜਿਹੜੇ ਦਿੱਤੇ ਜਾ ਰਹੇ ਨਾਮਦਾਨ ਉਹ ਸਾਡੇ ਕਿਤੇ ਕੰਮ ਨਹੀਂ ਆਉਣੇ। ਬੇਸ਼ੱਕ ਅੱਜ ਕਈ ਵਾਰੀ ਸਾਨੂੰ ਉਹ ਚੀਜ਼, ਕਿਉਂਕਿ ਅਸੀਂ ਇੱਕ ਮਰਿਆਦਾ 'ਚ ਨਹੀਂ ਬੱਝਣਾ ਚਾਹੁੰਦੇ, ਜਿੱਦਾਂ ਭਾਈ ਸਾਹਿਬ ਨੇ ਵੀ ਗੱਲ ਕੀਤੀ ਸੀਗੀ ਵੀ ਘਾਟੀ ਬੜੀ ਔਖੀ ਆ, ਇਹਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਹੀ ਸਾਨੂੰ ਵਿਆਖਿਆਨ ਕਰ ਦਿੱਤਾ ਸੀਗਾ। ਗੁਰੂ ਸਾਹਿਬ ਕਹਿੰਦੇ ਜਿਉਂ ਤਿਉਂ ਪ੍ਰੇਮ ਖਿਲਣ ਕਾ ਚਾਓ, ਜੇ ਤੈਨੂੰ ਮੇਰੀ ਹੀ ਪ੍ਰੇਮ ਦਾ ਖੇਡਣ ਦਾ ਸ਼ੌਂਕ ਆ, ਸਿਰ ਤਰ ਤਲੀ ਗਲੀ ਮੁਰੀ ਆਓ, ਇੱਤ ਮਾਰਗ ਪੈਰ ਧਰੀਜੈ, ਸਿਰ ਦੀਜੇ ਕਾਣ ਨਕੀਜੈ, ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ। ਇਹ ਜਿਹੜਾ ਗੁਰਮਤਿ ਦਾ ਮਾਰਗ ਵਾ, ਗੁਰੂ ਦਾ ਮਾਰਗ ਵਾ, ਇਹ ਖੰਡੇ ਨਾਲੋਂ ਤਿੱਖਾ ਅਤੇ ਬਾਲ ਨਾਲੋਂ ਬਰੀਕ ਮਾਰਗ ਵਾ। ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ, ਖੰਡੇ ਦੀ ਧਾਰ ਨਾਲੋਂ ਤਿੱਖਾ ਅਤੇ ਬਾਲ ਨਾਲੋਂ ਬਰੀਕ ਮਾਰਗ ਵਾ। ਇਹ ਕੇਵਲ ਅਤੇ ਕੇਵਲ ਗੁਰਬਾਣੀ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਤੁਸੀਂ ਜਿਸਲੇ ਮਹਿਸੂਸ ਕਰੋਗੇ, ਜਿਲੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਇਹ ਅਰਦਾਸਾਂ ਜੋਦੜੀਆਂ ਬੇਨਤੀਆਂ ਦੇ ਰੂਪ ਦੇ ਵਿੱਚ ਆ ਗੁਰਬਾਣੀ ਜਿਹੜੀ ਆ, ਸਾਰੀ ਬਾਣੀ ਜਿਹੜੀ ਆ ਉਹ ਅਰਦਾਸਾਂ ਦੇ ਰੂਪ ਦੇ ਵਿੱਚ ਆ, ਬੇਨਤੀਆਂ ਦੇ ਰੂਪ ਦੇ ਵਿੱਚ ਤਾਂ ਜੋਦੜੀਆਂ ਦੇ ਰੂਪ ਦੇ ਵਿੱਚ ਆ। ਅਤੇ ਅਸੀਂ ਅੱਜ ਜਿਹੜਾ ਆ ਗੁਰੂ ਮਹਾਰਾਜ ਅੱਗੇ ਅਰਦਾਸ ਜੋਦੜੀ ਬੇਨਤੀ ਪ੍ਰਾਰਥਨਾ ਕਰਨੀ ਆ ਕਿ ਮਾਲਕ
ਸੱਚੇ ਪਿਤਾ ਵਾਹਿਗੁਰੂ ਜੋ ਉਸ ਦਿਨ ਸਾਡੇ ਬੱਚਿਆਂ ਤੋਂ ਇਹ ਭੁੱਲ ਹੋ ਗਈ ਸੀਗੀ, ਅੱਗੇ ਤੋਂ ਸਾਡੇ ਤੋਂ ਇਹੋ ਜਿਹੀ ਕੁਤਾਹੀ ਜਿਹੜੀ ਉਹ ਨਾ ਹੋਵੇ ਜੋ ਉਸ ਦਿਨ ਬੇਅਦਬੀ ਜਿਹੜੀ ਹੋਈ ਸੀ ਉਹ ਮੁੜ ਕੇ ਸਾਡੇ, ਕਿਉਂਕਿ ਸਾਡੇ ਜਿਹੜੇ ਹਿਰਦੇ ਜਿਹੜੇ ਆ ਉਹ ਬਲੁੰਦਰੇ ਹੋਏ ਆ, ਬੜਾ ਦੁੱਖ ਦੇ ਵਿੱਚ ਅਸੀਂ ਅੱਜ ਹੈਗੇ ਹਾਂ, ਅਤੇ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੀ ਕੁਤਾਹੀ ਜਿਹੜੀ ਹੋਈ ਆ ਜਿੱਥੇ ਉਹਦੀ ਮਾਫ਼ੀ ਵੀ ਮੰਗਣੀ ਆ, ਗੁਰੂ ਘਰ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹ ਨਾ ਹੋਣ ਕਾਰਨ ਵੀ ਕਈ ਚੀਜ਼ਾਂ ਦਾ ਅਸੀਂ ਉਦੋਂ ਮਹਿਸੂਸ ਕੀਤਾ ਕਿ ਵੀ ਉਹਦੀ ਵੀ ਤਾਲਮੇਲ ਦੀ ਘਾਟ ਆ। ਸੰਗਤ ਦਾ ਆਸ ਵਿੱਚ ਇੱਕ ਕੜੀ ਦੇ ਰੂਪ ਦੇ ਵਿੱਚ, ਮਾਲਾ ਦੇ ਰੂਪ ਦੇ ਵਿੱਚ ਜੁੜਨਾ ਜਿਹੜਾ ਆ ਉਹ ਬੇਹੱਦ ਜ਼ਰੂਰੀ ਆ। ਅਤੇ ਅਸੀਂ ਤੁਹਾਡੇ ਸਹਿਯੋਗ ਨਾਲ, ਅਸੀਂ ਆਪਣੇ ਕੋਲੋਂ ਕੁਝ ਨਹੀਂ ਕਰਨਾ, ਪਿੰਡ ਦੇ ਸਹਿਯੋਗ ਦੇ ਨਾਲ, ਨਗਰ ਦੇ ਸਹਿਯੋਗ ਦੇ ਨਾਲ, ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਜਿਹੜੀ ਆ ਕਮੇਟੀ ਵੀ ਜਿਹੜੀ ਬਣਾਈ ਜਾਣੀ ਆ, ਉਹ ਵੀ ਉਹਦੇ ਬਾਰੇ ਵੀਰ ਨੋਬਲਜੀਤ ਸਿੰਘ ਹੁਣ ਤੁਹਾਨੂੰ ਆਪਣੇ ਦੱਸਣਗੇ। ਅਤੇ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ, ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਹੋਇਆ ਕਿ ਸਾਡੇ ਬੱਚਿਆਂ ਤੋਂ ਜੋ ਭੁੱਲ ਹੋ ਗਈ ਸੀਗੀ ਉਹਦੀ ਖਿਮਾ ਜਾਚਨਾ ਕੀਤੀ ਜਾਵੇ, ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ, ਗੁਰੂ ਮਹਾਰਾਜ ਦਾ ਕੋਟਨ ਕਾਟ ਸ਼ੁਕਰ ਗੁਜ਼ਾਰ ਹੁੰਦਾ ਹੋਇਆ ਫਤਿਹ ਅਰਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।